ਦੋਸਤੋ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬ ਦੀਆਂ ਕਲਮਾਂ ਚੈਨਲ ਉੱਪਰ। ਤੇ ਜਿਵੇਂ ਤੁਹਾਨੂੰ ਥੰਬਨੇਲ ਤੋਂ ਪਤਾ ਹੀ ਲੱਗ ਗਿਆ ਹੋਗਾ ਕਿ ਜਿਹੜੇ ਮੈਂ 5 ਟਿਪਸ ਲੈ ਕੇ ਆਇਆ ਹਾਂ ਪੰਜਾਬੀ ਵਿੱਚ ਚੈਨਲ ਨੂੰ ਗਰੋ ਕਰਨ ਦੇ, ਚੈਨਲ ਨੂੰ ਪਹਿਲੇ ਨੰਬਰ ਦੇ ਸਰਚ ਵਿੱਚ ਲਿਆਉਣ ਦੇ, ਤੇ ਚੈਨਲ ਨੂੰ ਕਿੱਦਾਂ ਅਸੀਂ ਅੱਗੇ ਖੜ ਸਕਦੇ ਹਾਂ ਤੇ ਕਿੱਦਾਂ ਅਸੀਂ ਯੂਟਿਊਬ ਤੋਂ ਪੈਸਾ ਕਮਾ ਸਕਦੇ ਹਾਂ ਸਾਰਾ ਚੈਨਲ ਨੂੰ ਗਰੋ ਕਰਕੇ। ਤੇ ਇਹ 5 ਟਿਪਸ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਵੀਡੀਓ ਜਿਹੜੀ ਲਾਸਟ ਤੱਕ ਜ਼ਰੂਰ ਵੇਖਣਾ, ਤੇ ਇਸ ਦੇ ਨਾਲ ਹੀ ਤੁਸੀਂ ਸਬਸਕ੍ਰਾਈਬਰ ਜਾਂ ਚੈਨਲ ਨੂੰ ਲਾਈਕ ਕਮੈਂਟ ਪੂਰੀ ਵੀਡੀਓ ਵੇਖਣ ਤੋਂ ਬਾਅਦ ਕਰਨਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ। ਤੋ ਸਭ ਤੋਂ ਪਹਿਲਾਂ ਸਟੈਪ ਜਿਹੜਾ ਟਿਪਸ ਮੈਂ ਦੇਣ ਲੱਗਾ ਹਾਂ, ਸਭ ਤੋਂ ਪਹਿਲਾਂ ਕਿ ਯੂਟਿਊਬ ਤੇ ਜਿਹੜਾ ਵੀ ਚੈਨਲ ਜਿਹੜਾ ਬਣਾ ਕੇ ਆਉਂਦਾ ਹੈ ਜਾਂ ਚੈਨਲ ਬਣਾਉਣ ਵਾਲਾ ਯੂਟਿਊਬਰ ਆ, ਉਹਦਾ ਮੇਨ ਮਕਸਦ ਹੁੰਦਾ ਕਿ ਪੈਸਾ ਪੈਸਾ ਪੈਸਾ। ਪਰ ਨਹੀਂ ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਯੂਟਿਊਬ ਤੇ ਕੱਲਾ ਪੈਸਾ ਕਮਾਉਣ ਲਈ ਆਏ ਹੋ ਤਾਂ ਮੈਂ ਤੁਹਾਨੂੰ ਕਹਿ ਸਕਦਾ ਤੁਸੀਂ ਕਦੇ ਵੀ ਸਕਸੈਸਫੁਲ ਨਹੀਂ ਹੋਵੋਗੇ, ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰੋਗੇ। ਕਿਉਂਕਿ ਜਿੰਨਾ ਚਿਰ ਤੁਹਾਡੇ ਵਿੱਚ ਆਪਦੀ ਕੋਈ ਯੋਗਤਾ ਨਹੀਂ, ਤੁਹਾਡੇ ਵਿੱਚ ਆਪਦੀ ਐਬਿਲਿਟੀ ਨਹੀਂ ਜਿਹੜੀ ਤੁਸੀਂ ਦੂਜਿਆਂ ਨੂੰ ਵਿਖਾ ਸਕੋ, ਤਾਂ ਉਨਾ ਚਿਰ ਤੁਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ। ਜੇ ਕੱਲਾ ਯੂਟਿਊਬ ਚੈਨਲ ਤੁਸੀਂ ਪੈਸੇ ਕਮਾਉਣ ਲਈ ਬਣਾਇਆ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣੇ ਜਿਹੜੇ ਅੰਦਰ ਦੇ ਗੁਣ ਨੂੰ ਪਹਿਚਾਣੋ, ਜਿਹੜੀ ਤੁਹਾਡੇ ਅੰਦਰ ਐਬਿਲਿਟੀ ਹੈਗੀ ਆ, ਜਿਹੜੀ ਯੋਗਤਾ ਉਹਨੂੰ ਪਹਿਚਾਣੋ। ਜੇ ਤੁਸੀਂ ਮਾਸਟਰ ਹੋ ਤਾਂ ਮਾਸਟਰ ਦੇ ਅਕੋਰਡਿੰਗ ਤੁਸੀਂ ਚੈਨਲ ਤੇ ਆਪਣੀ ਵੀਡੀਓ ਪਾਓ, ਜਾਂ ਕੋਈ ਹੋਰ ਜਿਹੜਾ ਤੁਹਾਡੇ ਵਿੱਚ ਗੁਣ ਆ ਉਹਨੂੰ ਲੈ ਕੇ ਦੁਨੀਆਂ ਦੇ ਵਿੱਚ ਆਓ, ਜਿਸ ਦੇ ਨਾਲ ਤੁਹਾਡਾ ਪੈਸਾ ਵੀ ਮਿਲੂਗਾ ਤੇ ਤੁਹਾਡੀ ਸ਼ੋਹਰਤ ਵੀ ਬਣੂਗੀ, ਦੌਲਤ ਵੀ ਬਣੂਗੀ, ਤੁਹਾਡੀ ਇੱਜ਼ਤ ਵੀ ਬਣੂਗੀ। ਸੋ ਪਹਿਲਾਂ ਪੈਸਾ ਲੈ ਕੇ ਨਹੀਂ, ਆਪਣੇ ਗੁਣਾਂ ਨੂੰ ਵੀ ਨਾਲ ਲੈ ਕੇ ਆਓ, ਆਪਣੀ ਯੋਗਤਾ ਨੂੰ, ਆਪਦੀ ਐਬਿਲਿਟੀ ਨੂੰ। ਤੇ ਦੂਸਰਾ ਪੁਆਇੰਟ ਜਿਹੜਾ ਮੇਨ, ਸਭ ਤੋਂ ਮਿਹਨਤ, ਸਬਰ ਤੇ ਜਨੂਨ। ਸਭ ਤੋਂ ਪਹਿਲਾਂ ਜਿੰਨੇ ਵੀ ਯੂਟਿਊਬਰ ਹੋਏ ਨੇ ਉਹਨਾਂ ਮਿਹਨਤ ਕੀਤੀ ਆ, ਡਟ ਕੇ ਮਿਹਨਤ ਕੀਤੀ ਆ, ਡਟ ਕੇ ਦਿਨ ਰਾਤ ਇੱਕ ਕਰਕੇ ਉਹਨਾਂ ਮਿਹਨਤ ਕੀਤੀ ਆ, ਤੇ ਅੱਜ ਬਹੁਤ ਸਾਰੇ ਯੂਟਿਊਬਰ ਅਜਿਹੇ ਨੇ ਜਿਨ੍ਹਾਂ ਨੇ ਸਕਸੈਸਫੁਲ ਨੇ, ਜਿਨ੍ਹਾਂ ਦੇ ਮਿਲੀਅਨ ਤੋਂ ਵੀ ਜ਼ਿਆਦਾ ਸਬਸਕ੍ਰਾਈਬਰ ਨੇ। ਸੋ ਤੁਹਾਨੂੰ ਵੀ ਬੇਨਤੀ ਆ ਕਿ ਮਿਹਨਤ ਜ਼ਰੂਰ ਕਰੋ ਇਸ ਦੇ ਵਿੱਚ, ਤੇ ਦੂਜਾ ਹੈ ਕਿ ਸਬਰ ਰੱਖੋ। ਕਿਉਂਕਿ ਜਿਹੜੇ ਵੀ ਯੂਟਿਊਬਰ ਹੋਏ ਨੇ, ਜਿਹੜੇ ਵੀ ਸਕਸੈਸਫੁਲ ਹੋਏ ਨੇ, ਉਹਨਾਂ ਸਭ ਤੋਂ ਪਹਿਲਾਂ ਉਹਨਾਂ ਇੱਕ ਸਬਸਕ੍ਰਾਈਬ ਹੀ ਇੱਕ ਤੋਂ ਹੀ ਉਹਨਾਂ ਸ਼ੁਰੂ ਕੀਤਾ ਸੀ, ਤੇ ਤੁਸੀਂ ਵੀ ਇੱਕ ਤੋਂ ਸ਼ੁਰੂ ਕਰਕੇ ਮਿਲੀਅਨ ਤੱਕ ਜਾ ਸਕਦੇ ਹੋ। ਬਸ ਇਹ ਆ ਕਿ ਮਿਹਨਤ ਕਰਦੇ ਜਾਓ, ਮਿਹਨਤ ਕਰਦੇ ਜਾਓ, ਮਿਹਨਤ ਕਰਦੇ ਜਾਓ, ਤੇ ਨਾਲ ਸਬਰ ਰੱਖੋ। ਸਬਰ ਦਾ ਫਲ ਮਿੱਠਾ ਹੁੰਦਾ ਹੈ ਕਹਿੰਦੇ ਨੇ, ਸੋ ਸਬਰ ਰੱਖੋ, ਹੌਲੀ ਹੌਲੀ ਤੁਸੀਂ ਆਪੇ ਵੇਖੋ ਕਿ ਤੁਹਾਡਾ ਚੈਨਲ ਗਰੋ ਅਪ ਵੀ ਕਰੂਗਾ, ਤੇ ਤੁਸੀਂ ਮਿਹਨਤ ਦੇ ਨਾਲ ਨਾਲ ਤੁਹਾਡਾ ਜਿਹੜਾ ਚੈਨਲ ਦੇ ਵਿੱਚ ਸਬਸਕ੍ਰਾਈਬਰ ਵੀ ਵਧਣਗੇ ਅਤੇ ਵਿਊ ਵੀ ਆਉਣਗੇ, ਸਾਰਾ ਕੁਝ ਆਏਗਾ। ਬਸ ਇੰਨਾ ਕਿ ਮਿਹਨਤ ਕਰੋ, ਸਬਰ ਕਰੋ, ਤੇ ਦੂਜਾ ਜਨੂਨ, ਆਪਣਾ ਜਨੂਨ ਨੂੰ ਬਣਾਏ ਰੱਖੋ। ਜੇ ਤੁਸੀਂ ਕਿਸੇ ਵੀ ਕੰਮ ਕਰਨਾ, ਜਨੂਨ ਜ਼ਰੂਰੀ ਆ। ਜਿੰਨਾ ਚਿਰ ਤੁਹਾਡੇ ਕੋਲ ਜਨੂਨ ਨਹੀਂ, ਉਨਾ ਚਿਰ ਤੁਸੀਂ ਇਸ ਯੂਟਿਊਬ ਵਾਲੀ ਲਾਈਨ ਦੇ ਵਿੱਚ ਜਾਂ ਕਿਸੇ ਵੀ ਕੰਮ ਦੇ ਵਿੱਚ ਸਕਸੈਸਫੁਲ ਨਹੀਂ ਆ। ਜਨੂਨ ਬਣਾਏ ਰੱਖੋ ਕਿ ਅਸੀਂ ਇਹ ਕੰਮ ਕਰਨਾ ਤੇ ਕਰਨਾ ਹੀ ਆ। ਸੁਪਨੇ ਵੇਖਣਾ ਵੱਡੀ ਗੱਲ ਨਹੀਂ ਆ, ਸੁਪਨਿਆਂ ਨੂੰ ਪੂਰਾ ਕਰਨਾ ਵੱਡੀ ਗੱਲ ਹੈ। ਸੋ ਦੋਸਤੋ, ਆਪਣੇ ਸੁਪਨਿਆਂ ਨੂੰ ਵੇਖੋ, ਕਿਉਂਕਿ ਜਿਹੜੇ ਸੁਪਨੇ ਵੇਖਣ ਨਾਲ ਹੀ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਸੁਪਨੇ ਵੇਖੋ, ਉਹਨੂੰ ਪੂਰਾ ਕਰਨ ਲਈ ਮਿਹਨਤ, ਸਬਰ ਤੇ ਜਨੂਨ ਰੱਖੋ, ਤੇ ਤੁਸੀਂ ਜ਼ਰੂਰ ਸਕਸੈਸਫੁਲ ਹੋਵੋਗੇ। ਤੇ ਤੀਸਰਾ ਪੁਆਇੰਟ ਹੈਗਾ ਏ ਕਿ ਆਪਣੇ ਚੈਨਲ ਦੇ ਉੱਤੇ ਹਮੇਸ਼ਾ ਹੀ ਕੋਈ ਵੱਖਰੀਆਂ ਵੱਖਰੀਆਂ ਵੀਡੀਓਜ਼ ਲੈ ਕੇ ਆਓ। ਮੇਨ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਮਤਲਬ ਆਪਣਾ ਚੈਨਲ ਬਣਾਇਆ ਤੇ ਜ਼ਰੂਰੀ ਨਹੀਂ ਤੁਸੀਂ ਇੱਕੋ ਹੀ ਟੋਪਿਕ ਦੇ ਉੱਪਰ ਵੀਡੀਓ ਪਾਉਣੀਆਂ ਹੈ। ਤੁਸੀਂ ਆਪਣੇ ਆਲੇ ਦੁਆਲੇ ਵੇਖੋ, ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਕਿਹੋ ਜਿਹੇ ਲੋਕ ਰਹੇ ਨੇ, ਉਹਨਾਂ ਦੀ ਰਾਏ ਲਵੋ, ਜਾਂ ਕਿਸੇ ਤਰ੍ਹਾਂ ਵੀ ਆਪਣੇ ਚੈਨਲ ਦੇ ਉੱਤੇ ਕੋਈ ਗਰੋ ਅਪ ਕਰਨ ਵਾਲੀ ਕੋਈ ਵੱਖਰੀ ਵੀਡੀਓ ਲੈ ਕੇ ਆਓ। ਵੱਖਰੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਚੈਨਲ ਦੇ ਉੱਤੇ ਫੇਕ ਵੀਡੀਓ ਪਾਓ ਜਾਂ ਗੰਦ ਮੰਦ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ। ਆਪਣੇ ਚੈਨਲ ਦੇ ਉੱਤੇ ਵਧੀਆ ਵੀਡੀਓ ਲੈ ਕੇ ਆਓ, ਦੁਨੀਆਂ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਹੈ। ਸੋ ਅਜਿਹੀਆਂ ਵੀਡੀਓ ਲੈ ਕੇ ਆਓ ਜਿਹੜੇ ਲੋਕ ਪਸੰਦ ਕਰਨ, ਜਿਹੜੇ ਲੋਕ ਵੇਖਣ, ਉਤਸੁਕਤਾ ਰੱਖਣ ਤੇ ਤੁਹਾਡੇ ਵਿਊ ਵਧਣ, ਤੇ ਵੇਖੋ ਜਾ ਕੇ ਆਪਣੀ ਵੀਡੀਓ ਨੂੰ ਕਿਹੜੀ ਨੂੰ ਵਿਊ ਜ਼ਿਆਦਾ ਹੋਏ ਨੇ। ਸੋ ਉਵੇਂ ਦੀਆਂ ਜਿਹੜੀਆਂ ਵੀਡੀਓ ਆਪਣੇ ਚੈਨਲ ਦੇ ਉੱਤੇ ਲੈ ਕੇ ਆਓ, ਇੱਕੋ ਵੀਡੀਓ ਨਹੀਂ ਲੈ ਕੇ ਆਉਣੀਆਂ, ਥੋੜੇ ਵੀਡੀਓ ਦੇ ਵਿੱਚ ਵੱਖਰਤਾ ਹੋਣੀ ਚਾਹੀਦੀ ਹੈ। ਕੋਈ ਵੱਖਰੀਆਂ ਵੱਖਰੀਆਂ ਟੌਪਿਕ ਤੇ ਜਿਹੜੀਆਂ ਤੁਸੀਂ ਵੀਡੀਓ ਬਣਾ ਕੇ ਆਪਣੇ ਚੈਨਲ ਦੇ ਉੱਪਰ ਪਾਓ, ਤੇ ਤੁਹਾਡਾ ਚੈਨਲ ਜ਼ਰੂਰ ਗਰੋ ਅਪ ਕਰੂਗਾ। ਸੋ ਚੌਥਾ ਪੁਆਇੰਟ ਹੈਗਾ ਏ ਕਿ ਤੁਹਾਡੇ ਚਿਹਰੇ ਦੀਆਂ ਹਮੇਸ਼ਾ ਯੂਟਿਊਬ ਜਿਹੜਾ ਕਿ ਯੂਟਿਊਬ ਦੇ ਜਿਹੜੇ ਮਾਲਕ ਨੇ ਉਹ ਬਹੁਤ ਸਿਆਣੇ ਹਨ, ਉਹਨਾਂ ਨੂੰ ਸਾਰਾ ਪਤਾ ਚੱਲਦਾ ਹੈ ਕਿ ਤੁਸੀਂ ਯੂਟਿਊਬ ਦੇ ਉੱਤੇ ਕੀ ਕਰਦੇ ਹੋ, ਕਿਸ ਤਰ੍ਹਾਂ ਕਰਦੇ ਹੋ, ਸਾਰਾ ਉਹਨਾਂ ਨੂੰ ਇਕੱਲੇ ਇਕੱਲੇ ਪੁਆਇੰਟ ਦੀ ਸਾਰੀ ਜਾਣਕਾਰੀ ਹੈ ਕਿ ਕਿੱਦਾਂ ਤੁਸੀਂ ਚਲਾ ਰਹੇ ਹੋ ਚੈਨਲ ਆਪਦਾ। ਸੋ ਮੈਂ ਦੋਸਤੋ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਚੈਨਲ ਦੇ ਉੱਤੇ ਘੱਟੋ ਘੱਟ ਆਪਣੇ ਜਿਹੜੇ ਫੇਸ ਦੀਆਂ, ਆਪਣੇ ਚਿਹਰੇ ਦੀਆਂ ਘੱਟੋ ਘੱਟ ਕੋਈ 30-35 ਵੀਡੀਓ ਤੁਹਾਡੇ ਚਿਹਰੇ ਦੀਆਂ ਆਪਣੇ ਚੈਨਲ ਦੇ ਉੱਤੇ ਹੋਣੀਆਂ ਚਾਹੀਦੀਆਂ ਨੇ, ਤਾਂ ਜੋ
ਇਸ ਦਾ ਤੁਹਾਨੂੰ ਇਹ ਫਾਇਦਾ ਹੋਊਗਾ ਕਿ ਜਦੋਂ ਤੁਸੀਂ ਆਪਣਾ ਚੈਨਲ ਮੋਨੋਟਾਈਜ਼ ਕਰਨਾ ਹੈ ਉਦੋਂ ਤੁਹਾਡਾ ਚੈਨਲ ਜਲਦੀ ਮੋਨੋਟਾਈਜ਼ ਹੋਊਗਾ ਕਿਉਂਕਿ ਤੁਹਾਡੇ ਚਿਹਰੇ ਦੀਆਂ ਜੇ ਵੀਡੀਓ ਹੋਊਗੀਆਂ ਉਸ ਦੇ ਨਾਲ ਜਿਹੜੇ ਯੂਟਿਊਬਰ ਦੇ ਮਾਲਕ ਨੇ ਉਹਨਾਂ ਨੂੰ ਥੋੜਾ ਸੌਖਾ ਹੋ ਜਾਂਦਾ ਤੇ ਉਹ ਜਲਦੀ ਤੁਹਾਡਾ ਚੈਨਲ ਮੋਨੋਟਾਈਜ਼ ਹੋ ਜਾਂਦਾ ਹੈ ਤੇ ਇਸ ਦੇ ਨਾਲ ਜੇ ਮੰਨ ਲਓ ਤੁਸੀਂ ਨਹੀਂ ਚਿਹਰੇ ਦੀਆਂ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੇ ਤਾਂ ਤੁਸੀਂ ਘੱਟੋ ਘੱਟ ਆਪਣੀ ਵਾਇਸ ਜਿਹੜੀ ਆਪਣੀ ਓਰੀਜਨਲ ਵਾਇਸ ਜਿਹੜੀ ਉਹਨੂੰ ਹੀ ਆਪਣੇ ਪੇਸ਼ ਕਰ ਸਕਦੇ ਹੋ ਉਹਦੇ ਨਾਲ ਵੀ ਯੂਟਿਊਬ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜਾ ਚੈਨਲ ਫੇਕ ਨਹੀਂ ਆ ਸੋ ਆਪਣੇ ਚਿਹਰੇ ਦੀਆਂ ਤੇ ਆਪਣੀ ਆਵਾਜ਼ ਦੀਆਂ ਵੀਡੀਓ ਲੈ ਕੇ ਆਓ ਤੇ ਤੁਹਾਡਾ ਚੈਨਲ ਜ਼ਰੂਰ ਸਕਸੈਸਫੁਲ ਹੋਊਗਾ ਤੇ ਪੰਜਵਾਂ ਪੁਆਇੰਟ ਮੇਨ ਪੁਆਇੰਟ ਜਿਹੜਾ ਤੁਹਾਡੇ ਚੈਨਲ ਨੂੰ ਗਰੋ ਅਪ ਕਰੂਗਾ ਉਹ ਪੰਜਵਾਂ ਪੁਆਇੰਟ ਆ ਕਿ ਲਗਾਤਾਰ ਵੀਡੀਓ ਪਾਉਂਦੇ ਜਾਓ ਕਈ ਕੀ ਕਰਦੇ ਨੇ ਕੋਈ ਵੀਡੀਓ ਪਾ ਕੇ ਦੋ ਤਿੰਨ ਵੀਡੀਓ ਪਾ ਕੇ ਵੇਖਦੇ ਨੇ ਵੀ ਸਬਸਕ੍ਰਾਈਬਰ ਨਹੀਂ ਵੱਧ ਰਹੇ ਚੈਨਲ ਗਰੋ ਅਪ ਨਹੀਂ ਕਰ ਰਿਹਾ ਵਿਊ ਨਹੀਂ ਆ ਰਹੇ ਸੋ ਇਹ ਜਿਹੜੀ ਧਾਰਨਾ ਨੈਗੇਟਿਵਿਟੀ ਦੀ ਧਾਰਨਾ ਨੂੰ ਸੁੱਟ ਦਵੋ ਨੈਗੇਟਿਵਿਟੀ ਦੀ ਧਾਰਨਾ ਨੂੰ ਨਾ ਲੈ ਕੇ ਆਓ ਜੇ ਤੁਸੀਂ ਯੂਟਿਊਬ ਤੇ ਸਕਸੈਸਫੁਲ ਹੋਣਾ ਹੈ ਤੇ ਹਮੇਸ਼ਾ ਤੁਸੀਂ ਆਪਣਾ ਕਰਮ ਕਰੀ ਜਾਓ ਵੀਡੀਓ ਪਾਓ ਲਗਾਤਾਰ ਵਧੀਆ ਵਧੀਆ ਵੀਡੀਓ ਲੈ ਕੇ ਆਓ ਵਧੀਆ ਵਧੀਆ ਟੋਪਿਕ ਤੇ ਵੀਡੀਓ ਬਣਾਓ ਟੈਕਨੀਕਲ ਬਣਾਓ ਜਿਸ ਤਰ੍ਹਾਂ ਵੀ ਜਿੱਦਾਂ ਵੀ ਤੁਸੀਂ ਕਿਸੇ ਨੂੰ ਜਾਣਕਾਰੀ ਦੇਣਾ ਆਪਣੇ ਮੋਬਾਈਲ ਜੇ ਤੁਹਾਡੇ ਵਿੱਚ ਗੁਣਾ ਕਿ ਤੁਸੀਂ ਮੋਬਾਈਲ ਬਾਰੇ ਵਧੀਆ ਜਾਣਕਾਰੀ ਦੇ ਸਕਦੇ ਹੋ ਤਾਂ ਉਹ ਦੋ ਜੇ ਟੀਚਰ ਬਾਰੇ ਜਾਂ ਕਿਸ ਤਰ੍ਹਾਂ ਵੀ ਤੁਹਾਡੇ ਵਿੱਚ ਆਪਣੀ ਜਿਹੜੀ ਐਬਿਲਿਟੀ ਉਹਨੂੰ ਪਹਿਚਾਣੋ ਤੇ ਆਪਣੀ ਵੀਡੀਓ ਲੋਕਾਂ ਸਾਹਮਣੇ ਲੈ ਕੇ ਆਓ ਤੇ ਲਗਾਤਾਰ ਵੀਡੀਓ ਪਾਉਂਦੀ ਰਹੋ ਇੱਕ ਦੋ ਦਿਨ ਛੱਡ ਕੇ ਤਿੰਨ ਦਿਨ ਛੱਡ ਕੇ ਮਤਲਬ ਇਹ ਨਹੀਂ ਕਿ ਜੇ ਤੁਸੀਂ ਮਹੀਨੇ 'ਚ ਇੱਕ ਵੀਡੀਓ ਪਾਈ ਹੈ ਤੇ ਅਗਲੇ ਮਹੀਨੇ ਪਾਉਣੀ ਇਸ ਤਰ੍ਹਾਂ ਨਹੀਂ ਲਗਾਤਾਰ ਵੀਡੀਓ ਪਾਉਂਦੇ ਜਾਓ ਤੇ ਤੁਹਾਡਾ ਚੈਨਲ ਜ਼ਰੂਰ ਗਰੋ ਅਪ ਕਰੂਗਾ ਸੋ ਦੋਸਤੋ ਇਸ ਦੇ ਨਾਲ ਮੈਂ ਇਜਾਜ਼ਤ ਲੈਂਦਾ ਹਾਂ ਤੇ ਫੇਰ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਤੇ ਪੰਜ ਜਿਹੜੇ ਟਿਪਸ ਦਿੱਤੇ ਨੇ ਇਹ ਪੰਜ ਟਿਪਸ ਨੂੰ ਫੋਲੋ ਕਰਕੇ ਤੁਸੀਂ ਆਪਣਾ ਚੈਨਲ ਗਰੋ ਅਪ ਕਰ ਸਕਦੇ ਹੋ ਸੋ ਸ਼ੁਭਕਾਮਨਾਵਾਂ ਤੇ ਜਿਨ੍ਹਾਂ ਨੇ ਚੈਨਲ ਨਵਾਂ ਬਣਾਇਆ ਹੈ ਉਹਨਾਂ ਲਈ ਵੀ ਢੇਰ ਸਾਰੀਆਂ ਮੁਬਾਰਕਾਂ ਸੋ ਦੋਸਤੋ ਹੌਸਲਾ ਨਹੀਂ ਛੱਡਣਾ ਤੇ ਲਗਾਤਾਰ ਚੱਲਦੇ ਰਹਿਣਾ ਹੈ ਤੇ ਵਹਿਣ ਦਾ ਨਾਂ ਹੀ ਜ਼ਿੰਦਗੀ ਹੈ ਵਹਿੰਦੇ ਰਹਿਣਾ ਹੀ ਜ਼ਿੰਦਗੀ ਹੈ ਪੈਸਾ ਅਤੇ ਗੁਣ ਨੂੰ ਨਾਲ ਨਾਲ ਰੱਖਣਾ ਹੈ ਸਬਰ ਸੰਦੋਖ ਤੇ ਮਿਹਨਤ ਕਰਦੇ ਜਾਣਾ ਹੈ ਤੇ ਆਪਣੀ ਜਿਹੜੀ ਯੂਟਿਊਬ ਉੱਤੇ ਵੱਖਰੀਆਂ ਵੱਖਰੀਆਂ ਵੀਡੀਓ ਲੈ ਕੇ ਆਉਂਦੇ ਰਹਿਣਾ ਹੈ ਤੇ ਹਮੇਸ਼ਾ ਆਪਣੇ ਚਿਹਰੇ ਦੀਆਂ ਜਾਂ ਵੋਇਸ ਨੂੰ ਲੈ ਕੇ ਆਓ ਤੇ ਲਗਾਤਾਰ ਵੀਡੀਓ ਪਾਉਂਦੇ ਜਾਓ ਬਹੁਤ ਬਹੁਤ ਮਿਹਰਬਾਨੀ।